ਲਓ ਜੀ ਨਾਨੀ ਆਪਣੇ ਦੋਹਤੇ ਨੂੰ ਛਗੜ ਦਿੰਦੀ ਹੋਈ, ਕਿੰਨੀ ਕੁ ਮਿਲ ਗਈ ਚੀਜ਼ੀ? ਇਹ ਡਾਲਰ ਨੀ ਨਾਨੀ ਨੂੰ ਦੇਣੇ ਗਏ ਰਹਿਣ ਦੇ? ਲੈ ਵੀ ਡਾਲਰ ਦੇ ਗਿਆ ਮੁੰਡਾ ਆਪਣੀ ਨਾਨੀ ਨੂੰ। ਚਲੋ ਫਿਰ ਗੱਡੀ ਤਿਆਰ ਆਪਣੀ, ਲੈ ਵੀ ਸਮਾਨ ਸਮੂਨ ਰੱਖੋ ਫਿਰ ਗੱਡੀ 'ਚ। ਪਹੁੰਚ ਗਏ ਆਪਾਂ ਦਰਬਾਰ ਸਾਹਿਬ ਬਾਜ਼ਾਰ ਮੇਨ ਦੇ ਵਿੱਚ ਦੀ ਹੁੰਦੇ ਹੋਏ, ਦੀਪ ਗੁਰਿੰਦਰ ਸਾਰੇ ਨਾਲ ਲੈਂਦੇ ਹਾਂ ਪਹਿਲਾਂ ਇੱਥੇ ਰੂਮ ਦਾ ਪਤਾ ਕਰਾਂਗੇ ਜਾ ਕੇ, ਦਰਬਾਰ ਸਾਹਿਬ ਦੇ ਨੇੜੇ ਤੇੜੇ ਰਹਾਂਗੇ ਤਾਂ ਕਿ ਦਰਸ਼ਨ ਮੇਲੇ ਕਰਨੇ ਸੌਖੇ ਹੋਣ। ਦੇਖੋ ਦੀਪ ਨੇ ਆਪਣਾ ਬੈਗ ਚੱਕ ਰੱਖਿਆ, ਮੈਂ ਆਪਣਾ, ਗੁਰਿੰਦਰ ਨੇ ਆਪਣੀ ਕਿੱਟ ਪਾ ਰੱਖੀ ਹੈ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਭਾਈ, ਠੀਕ ਹੈ। ਸੋ ਦੇਖੋ ਜੀ ਦਰਬਾਰ ਸਾਹਿਬ ਕਿੰਨਾ ਸੋਹਣਾ ਬਣ ਗਿਆ, ਇੱਥੇ ਬਹੁਤ ਹੀ ਪਿਆਰਾ ਗੁਰੂ ਘਰ ਬਣਿਆ ਜੀ ਦਰਬਾਰ ਸਾਹਿਬ। ਨਮਸਕਾਰ ਕਰਦੇ ਹਾਂ ਜੀ, ਫਿਰ ਮਿਲਦੇ ਹਾਂ ਆਪਾਂ ਉਸ ਤੋਂ ਬਾਅਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਗੁੱਡ ਮੋਰਨਿੰਗ, ਕੀ ਹਾਲ ਚਾਲ ਨੇ ਜੀ? ਆਪਾਂ ਸਾਰੇ ਵਧੀਆ ਜੀ, ਅਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੋਗ ਦੇ ਵਿੱਚ। ਅੱਜ ਆਇਆ ਹੈ ਜੀ ਆਪਣਾ ਭਾਣਜਾ NRI, ਕਾਫੀ ਸਾਲਾਂ ਬਾਅਦ ਆਇਆ ਇੰਡੀਆ ਦੇ ਵਿੱਚ। ਕੱਲ੍ਹ ਰਾਤੀ ਆਪਣੇ ਕੋਲ ਆਇਆ ਸੀ ਰਿਹਾ, ਅਤੇ ਹੁਣ ਕਹਿੰਦਾ ਵੀ ਮਾਮਾ ਜੀ ਨਾਲ ਚੱਲੋ ਅਤੇ ਜਾਣਾ ਸ੍ਰੀ ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ ਦੀ ਹਾਜ਼ਰੀ ਭਰਨੀ ਹੈ। ਅਤੇ ਚਲੋ ਆਓ ਮੈਂ ਤੁਹਾਨੂੰ ਮਿਲਾਉਂਦਾ ਆਪਣੇ ਭਾਣਜੇ ਨਾਲ। ਇੱਧਰ ਤਿਆਰੀਆਂ ਚੱਲ ਰਹੀਆਂ ਨੇ ਪ੍ਰਸ਼ਾਦੇ ਵਾਲੀ, ਛੋਟੀ ਭੈਣ ਹਰਪ੍ਰੀਤ ਕੌਰ ਮੱਕੀ ਦੀਆਂ ਰੋਟੀਆਂ ਖਾਂਦੇ, ਦੇਖ ਕੇ ਖਾਈ ਕੁੜੀਏ, ਹਾਜ਼ਮ ਨਹੀਂ ਹੁੰਦੇ ਹੈਗੀਆਂ, ਹੋ ਜਾਣਗੀਆਂ। ਇੱਧਰ ਮਾਸੀ ਜੀ ਖੜੇ ਨੇ, ਮਾਸੀ ਕਿੱਧਰ ਝੋਲਾ ਤਿਆਰ ਕੀਤਾ ਤੇ? ਜਾਨੀ ਹੁਣ ਇੱਥੇ ਹੀ ਰਹਿ ਤੂੰ, ਮੱਕੀ ਮੁੱਕੀ ਦੀਆਂ ਰੋਟੀਆਂ ਖਾਈ ਹੋਣਾ ਰੋਜ਼। ਲਓ ਜੀ ਮੁੰਡਾ ਇਹ ਹੈ ਜੀ ਸਾਡਾ NRI ਭਾਣਜਾ। ਹਾਂ ਦੀਪ ਸਿੰਘ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਦੇਈ। ਹੋਰ ਕੀ ਹਾਲ ਚਾਲ ਹੈ? ਕਾਫੀ ਸਾਲਾਂ ਬਾਅਦ ਆਇਆ ਹੋਣਾ ਨਾ ਨਾਨਕਿਆਂ ਦੇ ਘਰੇ, ਤੇ ਵੈਲ ਸੈਟਲ ਨੇ ਇਹ ਆਸਟ੍ਰੇਲੀਆ ਦੇ ਵਿੱਚ, ਮੈਲਬੋਰਨ ਚ ਰਹਿੰਦਾ ਆਪਣਾ ਭਾਣਜਾ। ਭਾਣਜਾ ਘੱਟ ਹੈ ਤੇ ਦੋਸਤ ਜ਼ਿਆਦੇ ਆ ਸਾਡਾ ਇਹ, ਹਨਾ ਮਾਮਾ ਭਾਣਜੇ ਦੀ ਦੋਸਤੀ ਹੈ। ਤੇ ਰਾਤ ਆਏ ਸੀ, ਬਹੁਤ ਸੋਹਣੀਆਂ ਗੱਲਾਂ ਕਰੀਆਂ ਸੀ ਸਾਰੇ ਪਰਿਵਾਰਕ ਬਹਿ ਕੇ, ਤਕਰੀਬਨ 12 ਵਜੇ ਪਏ ਆਪਾਂ ਰਾਤ, ਹਨਾ। ਤੇ ਸਵੇਰੇ ਫਿਰ ਹੁਣ ਚਾਲੇ ਸ੍ਰੀ ਦਰਬਾਰ ਸਾਹਿਬ ਜਾਣਾ ਦੀਪ ਨੇ, ਤੇ ਮਹਾਰਾਜ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਉੱਥੋਂ, ਤੇ ਆਓ ਨਾਲ ਨਾਲ ਚੱਲਦੇ ਹਾਂ ਆਪਾਂ ਵੀ। ਲਓ ਜੀ ਪਰਿਵਾਰ ਉਹਨਾਂ ਨਾਲ, ਦੀਪ ਯਾਦਾਂ ਪਰਾਉਂਦਾ ਹੋਇਆ ਫੋਟੋ ਲੈ ਕੇ ਜਾ ਖਿੱਚ ਰਿਹਾ ਸਾਰਿਆਂ ਨਾਲ। ਲਓ ਜੀ ਨਾਨੀ ਆਪਣੇ ਦੋਹਤੇ ਨੂੰ ਛਗੜ ਦਿੰਦੀ ਹੋਈ, ਕਿੰਨੀ ਕੁ ਮਿਲ ਗਈ ਚੀਜ਼ੀ? ਇਹ ਡਾਲਰ ਨੀ ਨਾਨੀ ਨੂੰ ਦੇਣੇ ਗਏ ਰਹਿਣ ਦੇ? ਲੈ ਵੀ ਡਾਲਰ ਦੇ ਗਿਆ ਮੁੰਡਾ ਆਪਣੀ ਨਾਨੀ ਨੂੰ। ਚਲੋ ਫਿਰ ਗੱਡੀ ਤਿਆਰ ਆਪਣੀ, ਲੈ ਵੀ ਸਮਾਨ ਸਮੂਨ ਰੱਖੋ ਫਿਰ ਗੱਡੀ 'ਚ। ਇਹ ਤਕਰੀਬਨ ਦੀਪ ਨੇ ਰਹਿਣਾ 10-15 ਦਿਨ ਹੋਰ, 1 ਤਰੀਕ ਦੀ ਵਾਪਸੀ ਹੈ। ਅਤੇ ਹੁਣ ਸਾਰਿਆਂ ਨੂੰ ਮਿਲਦਾ, ਅੰਮ੍ਰਿਤਸਰ ਜਾ ਰਹੇ ਹਾਂ ਹੁਣ ਜੀ ਅਸੀਂ, ਦਰਬਾਰ ਸਾਹਿਬ ਹਾਜ਼ਰੀਆਂ। ਅਤੇ ਆਉਂਦੇ ਹੀ ਫਿਰ ਦੀਪ ਨੇ ਸਾਡੇ ਤੋਂ ਫਿਰ ਅਲੱਗ ਹੋ ਜਾਣਾ, ਹੋਰ ਆਪਣੇ ਘਰ ਵੀ ਜਾਣਾ, ਰਿਸ਼ਤੇਦਾਰਾਂ ਨੂੰ ਵੀ ਮਿਲਣਾ। ਇੱਕ ਵਿਆਹ ਕਿਸੇ ਦੋਸਤ ਦਾ ਦੀਪ, ਉੱਧਰ ਨੂੰ ਜਾਣਾ ਇਹਨੇ। ਚਲੋ ਜੀ ਪਿੰਡੋਂ ਆਪਾਂ ਤੁਰ ਪਏ, ਤਕਰੀਬਨ 10:15 ਦਾ ਟਾਈਮ ਹੋ ਗਿਆ। ਠੀਕ ਹੈ ਧੁੰਦ ਸਵੇਰੇ ਜ਼ਿਆਦਾ ਸੀ, ਹੁਣ ਬਹੁਤ ਠੀਕ ਹੈ ਮੌਸਮ। ਅਤੇ ਬਾਕੀ ਹਰਪ੍ਰੀਤ ਛੋਟੀ ਭੈਣ ਅਤੇ ਦਰਮਾਸੀ ਜੀ ਨੇ ਪਿੱਛੇ ਇਹਨਾਂ ਨੂੰ ਪਿੰਡ ਕਲਾਰਾਂ ਰਾਜ ਉਤਾਰਨਾ ਆਪਾਂ ਨੇ ਸਲਾਮ ਕੋਲੇ। ਫਿਰ ਉਦੋਂ ਬਾਅਦ ਇੱਕ ਬੰਦਾ ਹੋਰ ਆਪਣੇ ਨਾਲ ਜੁੜੂਗਾ, ਉਹ ਭਾਈ ਸਾਡੇ ਦੀਪ ਦਾ
ਸਾਲਾ ਹੈ, ਰਿਸ਼ਤੇਦਾਰ ਹੈ ਤੇ ਮੇਰਾ ਵੀ ਰਿਸ਼ਤੇਦਾਰ ਹੈ। ਇਹਦਾ ਸਾਲਾ ਲੱਗਦਾ, ਮੇਰਾ ਸਾਡੂ ਵੀ ਲੱਗਦਾ, ਕਿਉਂ ਦੀਪ ਦੂਰੀ ਥੀਰੀ ਰਿਸ਼ਤੇਦਾਰੀ ਹੋ ਗਈ ਉਹਦੇ ਨਾਲ, ਕੁੜੀ ਨਾਲ। ਤੇ ਉੱਥੇ ਮਸਤੂਆਣਾ ਸਾਹਿਬ ਨਮਸਕਾਰ ਕਰਕੇ ਆਪਾਂ ਅੱਗੇ ਚੱਲਾਂਗੇ। ਇੱਕ ਬੇਟੀ ਦੇ ਜਾਣਾ, ਉਹਦੇ ਸਹੁਰਿਆਂ ਦੇ ਘਰ ਮਿਲਾਉਣਾ ਇਹਨੂੰ ਦੀਪ ਨੂੰ। ਉਹਨਾਂ ਦਾ ਸੱਦਾ ਪੱਤਰ ਆਇਆ ਭਾਈ, ਜਾਂਦੇ ਜਾਂਦੇ ਲੰਘਿਓ। ਤੇ ਆਪਾਂ ਰੂਟ ਫੜਿਆ ਜੀ ਮੋਗੇ ਕਣੀ ਦੀ ਜਾਣਾ। ਮੋਗੇ ਤੋਂ ਜਿਹੜੀ ਰੋਡ ਜਾਂਦੀ ਆ ਅੰਮ੍ਰਿਤਸਰ ਸਾਹਿਬ ਵਾਲੀ ਕੋਟ ਇਸੇ ਖਾਂ ਕਣੀ ਦੀ, ਉੱਧਰ ਦੀ ਚੱਲਾਂਗੇ ਆਪਾਂ। ਪਹਿਲਾਂ ਆਪਾਂ ਭੈਣ ਤੇ ਸਾਡੀ ਮਾਸੀ ਨੂੰ ਛੱਡਿਆ ਪਿੰਡ ਕਲਾਰਾਂ, ਤੇ ਉੱਥੋਂ ਤੁਰ ਪਿਆ। ਹੁਣ ਅਸੀਂ ਨੇ ਹੁਣ ਜਾਂਦੇ ਜਾਂਦੇ ਟੂਰ ਪਲਾਨ ਥੋੜ੍ਹਾ ਜਿਹਾ ਬਦਲੇ ਆ ਕਿ ਵੀ ਚੱਲ ਮਸਤੂਆਣਾ ਸਾਹਿਬ ਜੀ ਦੇ ਵੀ ਦਰਸ਼ਨ ਕਰੀਏ, ਕਿਉਂ ਦੀਪ ਤੂੰ ਕਿਹੜਾ ਬਹੁਤ ਚਿਰ ਬਾਅਦ ਆਇਆ, ਬਹੁਤ ਚਿਰ ਬਾਅਦ ਆਇਆ, ਤੂੰ ਵੀ ਇਸ ਧਰਤੀ ਤੇ ਨਮਸਕਾਰ ਬਹੁਤ ਕਰਦਾ ਰਿਹਾ ਤੇ ਰਾਹ ਚ ਪੈਂਦਾ ਆਪਾਂ ਨੂੰ, ਨਾਲੇ ਕੋਈ ਬਾਹਰ ਨਹੀਂ ਵੀ ਇਸੇ ਰੋਡ ਤੇ ਪਊਗਾ ਆਪਾਂ ਨੂੰ ਬਰਨਾਲੇ, ਫਿਰ ਅੱਗੇ ਚੱਲਾਂਗੇ। 10-15 ਮਿੰਟ ਉੱਥੇ ਟਾਈਮ ਲਾ ਕੇ ਫਿਰ ਆਪਾਂ ਚਾਲੇ ਪਾ ਜਾਂਗੇ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਨੂੰ। ਲਓ ਜੀ, ਤਕਰੀਬਨ 15 ਮਿੰਟਾਂ ਬਾਅਦ ਆਪਾਂ ਮਸਤੂਆਣਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਇੱਥੇ ਕਰਾਉਂਦੇ ਹਾਂ ਦੀਪ ਨੂੰ ਦਰਸ਼ਨ ਮੇਲੇ। ਵਾਹਿਗੁਰੂ ਸੱਚੇ ਪਾਤਸ਼ਾਹ, ਸਾਹਮਣੇ ਗੇਟ ਦੇਖ ਰਹੇ ਤੁਸੀਂ, ਅੱਜ ਵੀ ਰਸ਼ ਜ਼ਿਆਦਾ ਆ ਦੀਪ। ਹਾਂਜੀ, ਗੱਡੀਆਂ ਕਾਫੀ ਖੜੀਆਂ ਨੇ ਸੰਗਤਾਂ ਦੀਆਂ। ਲਓ ਜੀ, ਆਪਾਂ ਦਰਬਾਰ ਸਾਹਿਬ ਗੁਰਦੁਆਰਾ ਮਸਤੂਆਣਾ ਸਾਹਿਬ ਪਹੁੰਚ ਗਏ, ਨਮਸਕਾਰ ਕਰਦੇ ਹਾਂ ਫਿਰ ਫਿਰ ਜੇ ਆਪਾਂ ਅੱਗੇ ਨੂੰ ਰਵਾਨਾ ਹੋਵਾਂਗੇ। ਗੁਰੀ ਵੀ ਪਹੁੰਚਣ ਵਾਲਾ, ਧੂਰੀ ਤੋਂ ਚੱਲਿਆ ਹੋਇਆ ਉਹ, ਇੰਨੇ 10 ਮਿੰਟ ਆਪਾਂ ਇੱਥੇ ਨਮਸਕਾਰ ਕਰਦੇ ਹਾਂ ਫਿਰ ਉਹ ਵੀ ਆ ਜਾਊਗਾ। ਉਰੀ ਆ ਗਏ ਦੀਪ, ਉਹ ਦੀਪ ਵੀ ਨਾਲ ਹੀ ਆ ਰਿਹਾ। ਲਓ ਜੀ, ਕਾਫੀ ਸੰਗਤ ਅੱਜ ਪਹੁੰਚ ਰਹੀ ਆ ਸਵੇਰੇ ਸਵੇਰੇ ਜੋੜੀ ਗੇਟ। ਧੰਨ ਧੰਨ ਮਹਾਂਪੁਰਖਾਂ ਸੰਤ ਬਾਬਾ ਅਤਰ ਸਿੰਘ ਜੀ ਦੀ ਸ਼ੋਅ ਪ੍ਰਾਪਤ ਹੈ ਜੀ ਇੱਥੇ। ਬਹੁਤ ਦੇਰ ਤੋਂ ਇੱਥੇ ਉਹਨਾਂ ਨੇ ਰਹਿ ਕੇ ਸੰਗਤਾਂ ਜੋੜੀਆਂ ਅਤੇ ਸਿੱਖੀ ਦਾ ਪ੍ਰਸਾਰ ਕੀਤਾ ਉਹਨਾਂ ਨੇ। ਦੇਖੋ ਜੀ, ਦਰਬਾਰ ਸਾਹਿਬ ਕਿੰਨਾ ਸੋਹਣਾ ਬਣ ਗਿਆ ਇੱਥੇ, ਬਹੁਤ ਹੀ ਪਿਆਰਾ ਗੁਰੂ ਘਰ ਬਣਿਆ ਜੀ ਦਰਬਾਰ ਸਾਹਿਬ ਦੇ। ਨਮਸਕਾਰ ਕਰਦੇ ਹਾਂ ਜੀ, ਫਿਰ ਮਿਲਦੇ ਹਾਂ ਆਪਾਂ ਉਸ ਤੋਂ ਬਾਅਦ। ਕਿਉਂ ਦੀਪ, ਪਹਿਲਾਂ ਤਾਂ ਇਹਨੇ ਦੇਖੇ ਹੋਏ ਨੇ, ਹੁਣ ਕਿਵੇਂ ਫਰਕ ਆਇਆ ਨਾ। ਆਪਾਂ ਅੰਦਰ ਨਮਸਕਾਰ ਕਰ ਲਈ ਜੀ, ਹੁਣ ਆਪਾਂ ਚੱਲਦੇ ਹਾਂ ਅੱਗੇ ਵੱਲ ਨੂੰ ਜਿੱਥੇ ਆਪਾਂ ਜਾਣ ਦਾ ਟਿਕਿਆ। ਕਿਉਂ ਦੀਪ, ਕਿਵੇਂ ਲੱਗਿਆ ਦਰਬਾਰ ਸਾਹਿਬ ਜਦੋਂ ਤੂੰ ਗਿਆ ਜਦ ਤਾਂ ਪੁਰਾਣਾ ਸੀ? ਬਹੁਤ ਸ਼ਾਂਤੀ ਮਿਲੀ। ਹਾਂ, ਬਹੁਤ ਦਰਬਾਰ ਸਾਹਿਬ ਭਾਵੇ ਇਮਾਰਤ ਬਣ ਗਈ ਪੂਰੀ, ਹੈ ਨਾ? ਹਾਂਜੀ, ਠੀਕ ਹੈ। ਚਲੋ ਵੀ ਗੁਰੀ ਵੀ ਆ ਗਿਆ ਮੈਨੂੰ ਲੱਗਦਾ। ਲਓ ਜੀ, ਗੁਰਿੰਦਰ ਵੀ ਆ ਗਿਆ ਆਪਣਾ, ਗੁਰੀ ਸਾਹਿਬ ਆ ਗਿਆ, ਦੇਖ ਲੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਠੀਕ ਠਾਕ ਆ। ਸਤਿ ਸ਼੍ਰੀ ਅਕਾਲ, ਚੱਲੀ ਫਿਰ ਤਿਆਰ ਹੈ? ਚਲੋ ਫਿਰ ਆ ਜਾ, ਤਿਆਰੀ ਆ ਤਿਆਰੀ। ਹਾਂ, ਤਿਆਰੀ ਤੱਕ ਸਵੇਰ ਦੀ ਹੈ, ਜਾ ਜਾ ਜਾ। ਲਓ ਜੀ, ਮੋਗੇ ਪਹੁੰਚ ਗਏ ਆਪਾਂ,
ਤਕਰੀਬਨ 1.5-2 ਘੰਟਿਆਂ ਤੋਂ ਬਾਅਦ ਹੁਣ ਇੱਥੋਂ ਰਹਿ ਗਿਆ ਆਪਣਾ ਪਿੰਡ ਸੁਖਜਿੰਦਰ ਹੋਰਾਂ ਦਾ, ਜਿੱਥੇ ਆਪਣੀ ਬੇਟੀ ਵਿਆਹੀ ਹੋਈ ਹੈ ਉੱਥੇ ਉਹਨਾਂ ਨੂੰ ਮਿਲ ਕੇ ਜਾਵਾਂਗੇ। ਕਿਉਂਕਿ ਦੀਪ ਦਾ ਵਿਚਾਰੇ ਦਾ ਗੇੜਾ ਵਿਆਹ 'ਚ ਤਾਂ ਲੱਗਿਆ ਨਹੀਂ ਹੈਗਾ ਗਾ, ਕਹਿੰਦਾ ਵੀ ਮਾਮਾ ਜੀ ਚਲੋ ਜਸਮੀਨ ਦੇ ਘਰ ਚੱਲਦੇ ਆਪਾਂ। ਇਹਨੂੰ ਬੁੱਗੀਪੁਰਾ ਚੌਂਕ ਕਹਿੰਦੇ ਨੇ ਦੀਪਾ, ਬੁੱਗੀਪੁਰਾ ਪਿੰਡ ਆ ਜਾਂਦਾ, ਇਹ ਸਿੱਧੀ ਬਾਜ਼ਾਰ 'ਚ ਚਲੀ ਜਾਂਦੀ ਅੱਗੇ ਸ਼ਹਿਰ 'ਚ ਮੋਗਾ ਸ਼ਹਿਰ। ਤੇ ਇੱਥੋਂ ਆਪਾਂ ਦੀਪ ਕੁਛ ਫਰੂਟ ਲੈ ਲਈਏ ਨਾ, ਘਰ ਚੱਲਦੇ ਹਾਂ ਨਾ। ਜੀ ਹੁਣ ਅਸੀਂ ਪਰਿਵਾਰ ਨੂੰ ਮਿਲ ਕੇ ਜਾ ਰਹੇ ਹਾਂ, ਦੀਪ ਦਾ ਪਹਿਲੀ ਵਾਰੀ ਗੇੜਾ ਲੱਗਿਆ ਇੱਥੇ, ਇੱਧਰ ਬੇਟੇ ਨੇ ਆਪਣੇ ਸੁਖਜਿੰਦਰ ਦੇ ਹੁਣ ਲਓ ਜੀ ਦਾਦੀ ਨੇ ਵਿਚਾਰ ਦਿੰਦੇ ਹੋਏ ਆਪਾਂ ਬੇਟੀ ਦੇ ਘਰੋਂ ਚੱਲ ਕੇ ਪਿੰਡ ਖੋਸਾ ਕੋਟਲਾ ਤੋਂ ਇਹ ਆ ਗਿਆ ਜੀ ਧਰਮ ਕੋਟ ਨਾ ਕੋਟ ਹੀ ਸਿੱਖਾਂ ਹੈ ਨਾ ਜਿਵੇਂ ਕਰੀ ਕੋਟ ਹੀ ਸਿੱਖਾਂ। ਤਕਰੀਬਨ ਆਪਣਾ ਘੰਟਾ 1.5 ਘੰਟੇ ਦਾ ਰਸਤਾ ਹੋ ਰਿਹਾ ਕਿ ਇੱਥੋਂ 100 ਕੁ ਕਿਲੋਮੀਟਰ ਪੈਣੀ ਹੈ ਆਪਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ। ਲਓ ਜੀ ਪਹੁੰਚ ਗਏ ਆਪਾਂ ਆਖਿਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ, ਸਾਹਮਣੇ ਤੁਸੀਂ ਦੇਖ ਰਹੇ ਹੋ ਗੋਲਡਨ ਗੇਟ ਅਤੇ ਰਸ਼ ਬਹੁਤ ਜ਼ਿਆਦਾ ਹੈ, ਟ੍ਰੈਫਿਕ ਸ਼ਾਮ ਦਾ ਟਾਈਮ ਹੈ ਹੁਣ, ਸ਼ਨੀਵਾਰ ਤੇ ਐਤਵਾਰ ਵੈਸੇ ਹੀ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਦਰਬਾਰ ਸਾਹਿਬ ਤੇ ਪੂਰੇ ਅੰਮ੍ਰਿਤਸਰ ਚ। ਆ ਗਿਆ ਗੋਲਡਨ ਗੇਟ ਜੀ, ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਐਂਟਰੀ ਗੇਟ, ਗੋਲਡਨ ਗੇਟ ਕਹਿੰਦੇ ਜਿਹਨੂੰ, ਦੇਖੋ ਤੇ ਉੱਪਰ ਤੱਕ ਬਹੁਤ ਸੋਹਣਾ ਬਣਿਆ ਹੋਇਆ ਸਟਰਕਚਰ ਹੈ ਇਹਦਾ। ਟ੍ਰੈਫਿਕ ਤਾਂ ਪੁੱਛੋ ਨਾ, ਪਿੱਛੇ 15-20 ਮਿੰਟ ਹੋ ਗਏ ਟ੍ਰੈਫਿਕ ਚ ਫਸਿਆਂ ਨੂੰ, ਹੌਲੀ ਹੌਲੀ ਜਾਈ ਜਾਂਦੇ ਆ। ਸਾਢੇ 4 ਵਜੇ ਦੇ ਵੱਜ ਗਏ ਸਾਨੂੰ, ਕਿਉਂਕਿ ਰਿਸ਼ਤੇਦਾਰਾਂ ਨੂੰ ਮਿਲਦੇ ਆਉਂਦੇ ਖੜਦੇ ਆਰਾਮ ਨਾਲ, ਫਿਰ ਵੀ ਵਧੀਆ ਦਿਨ ਖੜੇ ਪਹੁੰਚ ਗਏ। ਤੇ ਹੁਣ ਆਪਾਂ ਨਾ ਚੱਲਦੇ ਹਾਂ ਦਰਬਾਰ ਸਾਹਿਬ, ਪਾਰਕਿੰਗ ਬਾਹਰੋਂ ਬਾਹਰ ਲਾ ਕੇ ਗੱਡੀ, ਫਿਰ ਆਪਾਂ ਰੂਮ ਦਾ ਪਤਾ ਕਰਾਂਗੇ, ਉਸ ਤੋਂ ਬਾਅਦ ਕਰਾਂਗੇ ਨਮਸਕਾਰ। ਪਹੁੰਚ ਗਏ ਆਪਾਂ ਦਰਬਾਰ ਸਾਹਿਬ ਬਾਜ਼ਾਰ ਮੇਨ ਦੇ ਵਿੱਚ ਦੀ ਹੁੰਦੇ ਹੋਏ, ਦੀਪ ਗੁਰਿੰਦਰ ਸਾਰੇ ਨਾਲ ਲੈਂਦੇ ਹਾਂ, ਇੱਥੇ ਰੂਮ ਦਾ ਪਤਾ ਕਰਾਂਗੇ ਜਾ ਕੇ, ਦਰਬਾਰ ਸਾਹਿਬ ਦੇ ਨੇੜੇ ਤੇੜੇ ਰਹਾਂਗੇ ਤਾਂ ਕਿ ਦਰਸ਼ਨ ਮੇਲੇ ਕਰਨੇ ਸੌਖੇ ਹੋਣ। ਲਓ ਜੀ ਦੇਖੋ ਰੌਣਕ ਦਰਬਾਰ ਸਾਹਿਬ ਦੀ, ਇੱਥੇ ਘੇਰਨ ਲੱਗ ਜਾਂਦੇ ਨੇ ਰਾਜ ਹੀ ਰੂਮ ਨੂੰ। ਦੇਖੋ ਦੀਪ ਨੇ ਆਪਣਾ ਬੈਗ ਚੱਕ ਰੱਖਿਆ, ਮੈਂ ਆਪਣਾ, ਗੁਰਿੰਦਰ ਨੇ ਆਪਣੀ ਕਿੱਟ ਪਾ ਰੱਖੀ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਭਾਈ, ਠੀਕ ਹੈ। ਹਾਂ ਉੱਧਰ ਜਾ ਜਾਂਦਾ, ਆਪਾਂ ਅੱਗੇ ਦੀ ਚੱਲਾਂਗੇ। ਸਾਹਮਣੇ ਜੀ ਪਹੁੰਚ ਗਏ ਆਪਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ, ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੇ। ਸੋ ਸੰਗਤਾਂ ਦਾ ਇਕੱਠ ਦੇਖ ਰਹੇ ਹੋ ਤੁਸੀਂ,
ਸਾਹਮਣੇ ਦਰਸ਼ਨ ਕਰ ਰਹੇ ਹਾਂ, ਦਰਬਾਰ ਸਾਹਿਬ ਪਹੁੰਚ ਗਏ ਆਪਾਂ ਜੀ। ਲਓ ਜੀ ਦਰਸ਼ਨ ਕਰੋ, ਸਾਹਮਣੇ ਆ ਡਿਓੜੀ ਸਾਹਿਬ ਗੇਟ, ਡਿੱਠੇ ਸਭੇ ਥਾਂ ਨਾ ਹੀ ਤੁਧ ਜਿਹਾ। ਸਾਰਾ ਤੁਸੀਂ ਜਿਹੜਾ ਮੇਨ ਗੇਟ ਹੈ ਸਦ ਬਾਜ਼ਾਰ ਵਾਲਾ ਉਹ ਦੇਖ ਰਹੇ ਹੋ, ਦਰਸ਼ਨ ਕਰ ਰਹੇ ਹੋ। ਸੰਗਤਾਂ ਆਉਂਦੀਆਂ ਜਾਂਦੀਆਂ, ਲਓ ਜੀ ਪਹੁੰਚ ਗਏ ਆਪਾਂ ਹੁਣ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ। ਫੈਸਲਾ ਕੀਤਾ ਕਿ ਮੱਥਾ ਆਪਾਂ ਲਾਈਨ 'ਚ ਲੱਗ ਕੇ ਅੱਜ ਹੀ ਟੇਕੀਏ, ਕਿਉਂਕਿ ਤਕਰੀਬਨ 2-2.5 ਘੰਟੇ ਲੱਗ ਜਾਂਦੇ ਨੇ ਕਈ ਵਾਰੀ। ਕੱਲ੍ਹ ਨੂੰ ਤਾਂ ਫਿਰ ਬਹੁਤ ਜ਼ਿਆਦਾ ਇਕੱਠ ਉਸ ਸੰਡੇ ਹੈ, ਵੀ ਅੱਜ ਹੀ ਨਮਸਕਾਰ ਅੰਦਰ ਕਰ ਲਈਏ, ਕੱਲ੍ਹ ਨੂੰ ਹੋ ਸਕਿਆ ਆਪਾਂ ਫਿਰ ਦੁਬਾਰਾ ਨਮਸਕਾਰ ਕਰਾਂਗੇ, 5 ਇਸ਼ਨਾਨਾ ਕਰਕੇ ਫਿਰ ਅੰਦਰ ਜਾਂਦੇ ਹਾਂ। ਸ਼ਾਮ ਦਾ ਟਾਈਮ ਹੋ ਚੁੱਕਿਆ, 6 ਵੱਜ ਗਏ ਨੇ, 6 ਨਹੀਂ ਤਕਰੀਬਨ 6 ਵੱਜਣ ਵਾਲੇ ਹੁਣ ਟਾਈਮ ਲਗਭਗ, ਹਾਂ 5:45 ਦੇ ਸਾਹਮਣੇ ਘੰਟਾ ਘਰ 'ਤੇ ਹੋ ਗਿਆ ਟਾਈਮ। ਅਤੇ ਸੰਗਤਾਂ ਜਾ ਰਹੀਆਂ ਨੇ, ਤਕਰੀਬਨ ਸੀਟ ਹੈਗੀ ਹੈ, ਮੱਥਾ ਵਧੀਆ ਟਿਕ ਜੂ ਆਪਣਾ। ਸਾਹਮਣੇ ਅਕਾਲ ਤਖ਼ਤ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਦਰਬਾਰ ਸਾਹਿਬ ਦੇ ਅੰਦਰ ਹਾਜ਼ਰੀ ਭਰਿਆ ਜੀ, ਤਕਰੀਬਨ ਦੀਪ 1 ਘੰਟਾ ਲੱਗ ਗਿਆ ਉਹ ਬਣਾਉਣਾ। ਹਾਂਜੀ 1 ਘੰਟਾ ਲੱਗ ਗਿਆ ਸਾਨੂੰ, ਕਿਉਂਕਿ ਰਹਿ ਰਸ ਦਾ ਟਾਈਮ ਸੀਗਾ, ਅਰਦਾਸ ਹੋਈ, ਫਿਰ ਉਸ ਤੋਂ ਬਾਅਦ ਲਾਈਨ 'ਚ ਖੜ੍ਹੇ ਰਹੇ, ਫਿਰ ਕਿਤੇ ਆਪਾਂ ਨਮਸਕਾਰ ਕਰਕੇ ਹੁਣ ਬਾਹਰ ਆਏ ਹਾਂ। ਅਤੇ ਹੁਣ ਜਾ ਰਹੇ ਹਾਂ ਜੀ ਲੰਗਰ ਛਕਣ, ਕਿਉਂ ਗੁਰੀ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕੀ ਹੈ ਜੀ। ਹਾਂ ਚਲੋ ਆ ਜਾਓ। 7:30 ਹੋ ਗਏ ਅਤੇ ਇੱਥੋਂ ਦੇ ਦਰਸ਼ਨ ਮੇਲੇ ਸੰਗਤਾਂ ਕਰ ਰਹੀਆਂ ਨੇ, ਰੋਸ਼ਨਾਈ ਹੋਈ ਹੈ ਪੂਰੀ, ਸ਼੍ਰੀ ਹਰਿਮੰਦਰ ਸਾਹਿਬ ਦਾ ਦੇਖੋ ਤੁਸੀਂ ਦਰਸ਼ਨ ਕਰੋ। ਦੀਪ ਵੀ ਵੀਡੀਓ ਬਣਾ ਰਿਹਾ, ਕਲਿੱਪ ਗੁਰੀ ਵੀ ਲੱਗਿਆ ਪਿਆ ਇੱਧਰ। ਇਸ ਟਾਈਮ ਆਪਾਂ ਆਏ ਹਾਂ ਜੀ ਰਾਮਗੜੀਆ ਬੁੰਗੇ ਦੇ ਵਿੱਚ, ਅਤੇ ਹਨੇਰਾ ਤਖ਼ਤੇ ਤਾਊਜ ਦਿੱਲੀ ਦਾ ਤਖ਼ਤ ਜਿਹੜਾ ਸਿੰਘਾਂ ਨੇ ਰੱਸੇ ਪਾ ਕੇ ਲਿਆਂਦਾ ਇੱਥੇ। ਇਹ ਹੈ ਜੀ ਸਿੱਲ, ਹਾਂ ਆਹ ਸਿੱਲ ਆ ਹੀ ਆ, ਤਖ਼ਤ ਹੀ ਖਿੱਚ ਲਿਆਂਦਾ ਦਿੱਲੀ ਦਾ, ਦੇ ਪੈ ਨਾ ਗੁਰੂ ਮਹਾਰਾਜ ਦੇ ਚਰਨਾਂ 'ਚ, ਰਾਮਦਾਸ ਜੀ ਨੇ ਭੇਟਾ ਕੀਤਾ ਗੁਰੂ ਰਾਮਦਾਸ ਜੀ ਨੇ। ਇਹ ਆ ਦੇਖੋ ਪੁਰਾਣਾ ਹੋਈ, ਪੁਰਾਣੀਆਂ ਇਮਾਰਤਾਂ ਇੱਟਾਂ, ਹਨੇਰਾ ਪੈ ਗਿਆ। ਇਹ ਬੁੰਗੇ ਨੀ ਰਾਮਗੜੀਆ ਬੁੰਗੇ, ਜਿਹੜੇ ਕਹਿੰਦੇ ਨੇ ਆਪਾਂ ਇਤਿਹਾਸ ਸੁਣਦੇ ਹਾਂ, ਮੁਰੰਮਤ ਚੱਲ ਰਹੀ ਆ ਹਲੇ ਵੀ। ਲਓ ਜੀ ਧੰਨ ਗੁਰੂ ਰਾਮਦਾਸ ਜੀ ਦੇ ਲੰਗਰਾਂ 'ਚ ਪਹੁੰਚ ਗਏ ਅਤੇ ਪ੍ਰਸ਼ਾਦਾ ਛਕਦੇ ਹਾਂ। ਬਹਿਜੋ ਬਹਿਜੋ ਜੀ, ਚਲੋ ਆਪ
ਆਪਾਂ ਨਾ ਇੱਥੇ ਦਰਬਾਰ ਸਾਹਿਬ ਦੇ ਬਾਹਰ ਹੀ ਉਦਾਸੀਨ ਅਖਾੜਾ ਮਹੰਤਾਂ ਦਾ, ਉੱਥੇ ਆਪਾਂ ਰੂਮ ਲਏ ਨੇ, ਸਰਾਂ ਹੈ ਜੀ, ਅਤੇ ਆਹ ਰੂਮ ਆ ਸਾਡਾ, ਗਿਜ਼ਰ ਅੰਦਰ ਚੱਲਦਾ ਆਪਣਾ, ਅਤੇ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਵੀ ਜਾ ਆਏ। ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਮੇਲੇ ਕੀਤੇ, ਨਮਸਕਾਰ ਕੀਤੀ, ਉਪਰੰਤ ਲੰਗਰ ਛੱਕ ਕੇ ਫਿਰ ਗੁਰਦੁਆਰਾ ਸਿੰਘ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦੇ ਵੀ ਨਮਸਕਾਰ ਕੀਤੀ। ਹੁਣ ਰੂਮ 'ਚ ਆ ਗਏ ਸੀਗੇ, ਅਤੇ ਅੱਜ ਦੇ ਵਲੋਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ। ਅਸੀਂ ਆਪਣੇ ਨਾਲ ਗੁਰਵਿੰਦਰ ਗੁਰੂਈ ਦਾ ਵੀ ਚੈਨਲ ਆਇਆ, ਕੀ ਨਾਂ ਹੈ ਗੁਰੂਈ ਆਪਣੇ ਚੈਨਲ ਦਾ? ਜੋਇਆ ਅਮਰੋਜ਼। ਜੋਇਆ ਅਮਰੋਜ਼ ਦੇ ਨਾਲ ਇਹਨਾਂ ਦਾ ਚੈਨਲ ਹੈ, ਅਤੇ ਇਹਨਾਂ ਨੂੰ ਵੀ ਤੁਸੀਂ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਅਤੇ ਬਾਕੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਨਾਮ ਲਿੰਕ ਪਾ ਦੂੰਗਾ, ਅਤੇ ਉੱਥੋਂ ਤੁਸੀਂ ਲਿੰਕ ਖੋਲ ਕੇ ਇਹਨਾਂ ਦੀ ਵੀਡੀਓ ਵੀ ਦੇਖ ਸਕਦੇ ਹੋ। ਓਕੇ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ ਫਿਰ ਸਾਰਿਆਂ ਨੂੰ, ਸਵੇਰੇ ਫਿਰ ਮਿਲਾਂਗੇ, ਰੱਬ ਰਾਖਾ ਜੀ।